ਤਾਰ ਕੱਢਣ ਲੱਗੀ ਮੇਰੀ ਮਨੀ ਨੂੰ ਪਿਸ਼ਾਬ ਆ ਜਾਂਦਾ ਜੀ ਫਿਰ ਮੈਂ ਤਾਰ ਕੱਢਣ ਲੱਗੀ ਉਹ ਤਾਂ ਬਹੁਤ ਅੱਛੀ ਹੈ ਆਪਣਾ ਕੰਮ ਪੂਰਾ ਕਰਦੀ ਗਾਈਂ ਦਾ ਬੱਚੇ ਨੂੰ ਨੰਨੀ ਭਰੀ ਡਾਂਟ ਕਰਨੀ ਦੁੱਧ ਸੰਘਾ ਲਈ ਅਸੀਂ ਥੋੜ੍ਹਾ ਹੀ ਦੁੱਧ ਝੋਨੇ ਹਾਂ ਹੁਣ ਤਾਂ ਗਾਈਂ ਸਹੀ ਦੁੱਧ ਹੁੰਦੀ ਹੈ ਥੋੜ੍ਹਾ ਝੋਨੇ ਚਲੋ ਬੱਚਾ ਛੋਟਾ ਦੇਖਿਆ ਬਾਜਰਾ ਮਸ਼ੀਨਾਂ ਦਾ ਅਤੇ ਕੁਤਰਿਆਂ ਦਾ ਦੇਖਿਆ ਦੇਸੀ ਤਰੀਕਾ ਪਿੰਡਾਂ ਦਾ ਉਹ ਭੈਣ ਘਰ ਘੁੰਮੇ ਸੋਟਿਆਂ ਨਾਲ ਘੁੱਟ ਕੇ ਅਤੇ ਦਾਣੇ ਕੱਢਦੀਆਂ ਨੇ ਕੁਛ ਤੁਹਾਡੇ ਲੱਖ ਖਾਂਦੀਆਂ ਨੇ ਕੁਛ ਆਪਣੇ ਜਾਨਵਰਾਂ ਨੂੰ ਪਾਉਂਦੀਆਂ ਨੇ ਇਹ ਸਰਦੀਆਂ ਦੇ ਵਿੱਚ ਵੀ ਰੋਟੀ ਖਾਈ ਤਾਂ ਬੜੀ ਮੁੱਕੀ ਦਿੰਦੀ ਹੈ ਰੰਜ ਕਰਕੇ ਮੁੰਗਲਿਆਂ ਨਾਲ ਘੁੱਟ ਕੇ ਅਤੇ ਛੱਡ ਲਾਣੀ ਛੱਟਣੀ ਛੱਡ ਕੇ ਦਾਣੇ ਕੱਢਣੇ ਚਾਚੀ ਨੂੰ ਨਾ ਆਉਣਾ ਅੱਜ ਕਰਕੇ ਨਾ
ਹੁਣ ਅਸੀਂ ਦਾਣੇ ਕੱਢ ਲੈਣੇ, ਘਟੋ ਗਿਆ, ਕੱਢ ਕੇ ਤੇ ਅਸੀਂ ਇਹਨੂੰ ਛੱਜ ਇਹ ਪਾ ਕੇ ਤੇ ਛੱਡ ਲੈਣਾ ਜਾਂ ਫਿਰ ਹੱਥ ਰੱਖ ਦੇਣੇ ਸਾਫ਼ ਕਰਨ ਦਾ ਤਰੀਕਾ। ਅੱਗੇ ਕੱਢਣ ਦਾ ਦੱਸਿਆ, ਹੁਣ ਸਾਫ਼ ਕਰਨ ਦਾ ਦੱਸਣਾ। ਕੋਟਾ ਚ ਲਿਆ ਨਾ, ਉਹਨੂੰ ਸਾਫ਼ ਕਰਕੇ ਤੁਹਾਨੂੰ ਦਾਣੇ ਖਾਣ ਲੱਗ। ਸਾਫ਼ ਕਰਕੇ ਅਸੀਂ ਚੱਕੀ ਦੇ ਝਾਟਾ ਵੀ ਬਣਾ ਸਕਦੇ ਹਾਂ, ਆਪਣੇ ਜਾਨਵਰਾਂ ਨੂੰ ਵੀ ਪਾ ਸਕਦੇ ਹਾਂ, ਮੁਰਗੀਆਂ ਨੇ, ਚਿੜੀਆਂ ਨੇ, ਪਰਿੰਦਿਆਂ ਨੇ, ਅਤੇ ਜਿਹੜੇ ਵੱਡੇ ਜੀਵ ਨੇ ਬਜ਼ੁਰਗ, ਉਹਨਾਂ ਨੂੰ ਅਸੀਂ ਵੀ ਰੋਟੀ ਵੀ ਬਣਾ ਕੇ ਦੇ ਸਕਦੇ ਹਾਂ। ਅੱਛੀ ਹੁੰਦੀ ਹੈ ਸਰਦੀਆਂ ਦੇ ਵਿੱਚ, ਜਾਨਵਰਾਂ ਨੂੰ ਵੀ ਬੜਾ ਮਫੀਦ ਹੁੰਦਾ, ਭਾਵੇਂ ਮਨੀ ਨੂੰ ਪਾਓ ਭਾਵੇਂ ਮਰਜ਼ੀ ਪਾਓ, ਕੋਈ ਅੱਬਾ ਦਿੱਤਾ। ਇਹਦਾ ਅਸੀਂ ਬੀਜ ਵੀ ਬਣਾ ਸਕਦੇ ਹਾਂ, ਅਸੀਂ ਰੋਟੀਆਂ ਵੀ ਬਣਾ ਸਕਦੇ ਹਾਂ, ਆਪਣੇ ਪਰਿੰਦਿਆਂ ਨੂੰ ਵੀ ਪਾ ਸਕਦੇ ਹਾਂ, ਮੁਰਗੀਆਂ ਨੂੰ ਵੀ ਪਾ ਸਕਦੇ ਹਾਂ, ਮਨੀ ਨੂੰ ਵੀ ਪਾ ਸਕਦੇ ਹਾਂ, ਜਿਹੜੇ ਛੋਟੇ ਜਾਨਵਰ ਨੇ ਬੱਚੇ ਉਹਨਾਂ ਨੂੰ ਵੀ ਸਰਦੀਆਂ 'ਚ ਦਈਏ ਤਾਂ ਤਾਕਤਵਰ ਹੁੰਦਾ, ਆਪਣੇ ਬੱਚਿਆਂ ਨੂੰ ਅਸੀਂ ਰੋਟੀ ਬਣਾ ਕੇ ਦਈਏ ਤਾਂ ਅੱਛੀ ਹੁੰਦੀ ਆ, ਵੱਡਿਆਂ ਬਜ਼ੁਰਗਾਂ ਦੀ ਵੀ ਅੱਛੀ ਹੁੰਦੀ ਆ। ਕੋਈ ਹੋਰ ਲਾ ਲਾਂਗੇ ਰਹਿਣ ਤੂੰ।